ਦੋਸਤੋ ਤਾਂ ਆਪਾਂ ਨੇ ਬਾਈਕ ਕਰ ਲਿਆ ਸਟਾਰਟ, ਅਤੇ ਇਹਦੀ ਹੈੱਡਲਾਈਟ ਵਗੈਰਾ, ਪਾਰਕਿੰਗ ਲਾਈਟ, ਇੰਡੀਕੇਟਰ ਵਗੈਰਾ, ਇਹ ਸਭ ਕੁਝ ਨਹੀਂ ਹੈ ਜੋ ਕਿ ਰਾਈਡਰ ਨੂੰ ਪਤਾ ਹੋਣੀਆਂ ਚਾਹੀਦੀਆਂ ਨੇਗੀਆਂ ਕਿ ਆਪਣੀ ਬਾਈਕ ਜਿਸ ਤਰ੍ਹਾਂ ਕਿ ਆਪਾਂ ਦੋਸਤੋ ਵੈਲਕਮ ਮਾਈ ਯੂਟਿਊਬ ਚੈਨਲ ਤੇ ਮਾਣ ਬਾਈਕ ਟਿਪਸ। ਚਲੋ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਬਹੁਤ ਹੀ ਅਹਿਮ ਟੌਪਿਕ ਤੇ ਗੱਲ ਕਰਦੇ ਹਾਂ, ਤੇ ਆਪਾਂ ਨਾ ਬਾਈਕ ਦੀ ਅਕਸਰ ਹੀ ਸਰਵਿਸ ਕਰਵਾਉਂਦੇ ਹਾਂ। ਤਾਂ ਅੱਜ ਤੁਹਾਨੂੰ ਪਤਾ ਹੈਗਾ ਕਿ ਸਰਵਿਸ ਦਾ ਐਕਚੁਅਲੀ ਮਤਲਬ ਕੀ ਹੈਗਾ, ਜੇ ਤੁਹਾਨੂੰ ਪਤਾ ਹੈਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ, ਤਾਂ ਮੈਂ ਤੁਹਾਨੂੰ ਪੂਰਾ ਇਸ ਵੀਡੀਓ ਦੇ ਵਿੱਚ ਨਾ ਦੱਸੂੰਗਾ ਵੀ ਐਕਚੁਅਲੀ ਸਰਵਿਸ ਕੀ ਆ ਤੇ ਇਸਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਤੇ ਇਸਨੂੰ ਕਿਉਂ ਕਰਿਆ ਜਾਂਦਾ ਗਾ। ਆਪਾਂ ਬਾਈਕ ਤਾਂ ਚਲਾਉਂਦੇ ਹਾਂ, ਰਾਈਡ ਕਰਦੇ ਹਾਂ, ਇਹ ਆਪਾਂ ਨੂੰ ਰਾਈਡ ਦੇ ਵਿੱਚ ਪਰੇਸ਼ਾਨ ਨਾ ਕਰੇ। 2-3 ਹਜ਼ਾਰ ਜਾਣੀ ਕਿ 2-3 ਮਹੀਨੇ ਦੇ ਬਾਅਦ ਆਪਾਂ ਨੂੰ ਸਰਵਿਸ ਕਰਵਾਉਣੀ ਪੈਂਦੀ ਆ, ਤਾਂ ਕਿ ਆਪਾਂ ਨੂੰ 2-3 ਮਹੀਨੇ ਦੇ ਬਾਅਦ ਵਿੱਚ ਇਹ ਪਰੇਸ਼ਾਨ ਨਾ ਕਰੇ, ਇਹਦੇ ਲਈ ਆਪਾਂ ਨੂੰ ਇਹਦੀ ਸਰਵਿਸ ਕਰਵਾਉਣੀ ਪੈਂਦੀ ਆ। ਇਹਦਾ ਅਸਲੀ ਮਤਲਬ ਇਹ ਆ, ਤਾਂ ਇਹਦੇ ਵਿੱਚ ਆਪਾਂ ਨੂੰ ਸਰਵਿਸ ਦੇ ਵਿੱਚ ਪੂਰਾ ਕੀ ਚੈੱਕ ਕਰਨਾ ਚਾਹੀਦਾ ਗਾ, ਇਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਅਕੋਰਡਿੰਗ ਦੱਸੂੰਗਾ। ਮੇਰੀ ਸ਼ੋਪ ਦੇ 4 ਪ੍ਰਕਾਰ ਦੀ ਸਰਵਿਸ ਕੀਤੀ ਜਾਂਦੀ ਹੈਗੀ, ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਇਹ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜੋ ਫਸਟ ਸਰਵਿਸ ਜਿਹਦੇ ਵਿੱਚ ਆਪਾਂ ਕੁਝ ਚੀਜ਼ਾਂ ਅਜਿਹੀਆਂ ਚੈੱਕ ਕਰਦੇ ਹਾਂ, ਤਾਂ ਇਹਦੇ ਬਾਰੇ ਤੁਹਾਨੂੰ ਮੈਂ ਦੱਸੂੰਗਾ। ਸਰਵਿਸ 'ਚ ਜਾਣੀ ਕਿ ਕੁਝ ਮਕੈਨਿਕ ਇਸ ਤਰ੍ਹਾਂ ਹੁੰਦੇ ਨੇਗੇ ਕਿ ਆਇਲ ਕੱਢਿਆ, ਚੇਂਜ ਕੀਤਾ, ਫਿਲਟਰ ਖੋਲ੍ਹਿਆ, ਸਾਫ਼ ਕੀਤਾ ਅਤੇ ਪਲੱਗ ਖੋਲ੍ਹਿਆ, ਸਾਫ਼ ਕੀਤਾ, ਚੈਨ ਕੱਸਤੀ, ਪਾਸ ਮਾਰਤੀ, ਇਹ ਸਰਵਿਸ ਨਹੀਂ ਹੈਗੀ। ਇਹਦੇ ਮਤਲਬ ਸਰਵਿਸ 'ਚ ਇੱਦਾਂ ਦਾ ਕੁਝ ਵੀ ਨਹੀਂ ਹੁੰਦਾ। ਤਾਂ ਸਰਵਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਇਹਦਾ ਕੀ ਚੈੱਕ ਕਰਨਾ ਚਾਹੀਦਾ ਗਾ। ਇਸ ਵੀਡੀਓ ਨੂੰ ਨਾ ਲਾਸਟ ਤੱਕ ਦੇਖ ਲਿਓ, ਤਾਂ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਕਿ ਸਰਵਿਸ ਦਾ ਅਸਲੀ ਮਤਲਬ ਕੀ ਆ ਤੇ ਇਹ ਕਿੰਨੇ ਟਾਈਮ ਬਾਅਦ ਕਰਾਉਣੀ ਚਾਹੀਦੀ ਆ ਤੇ ਇਸ ਨੂੰ ਕਿਉਂ ਕਰਾਉਣਾ ਚਾਹੀਦਾ ਗਾ। ਤੁਸੀਂ ਇਸ ਤੋਂ ਪੂਰੀ ਜਾਣਕਾਰੀ ਲਓਗੇ। ਤਾਂ ਸਭ ਤੋਂ ਪਹਿਲਾਂ ਨਾ ਆਪਾਂ ਇਸਦਾ ਕੱਢਾਂਗੇ ਇੰਜਨ ਆਇਲ। ਇੰਜਨ ਆਇਲ ਕੱਢਣ ਲਈ ਤੁਹਾਨੂੰ ਪਤਾ ਹੀ ਆ ਇਸਦਾ 17 ਨੰਬਰ ਦਾ ਪਾਨਾ ਨਾਲ ਖੋਲ੍ਹਣਾ ਪੈਣਾ ਗਾ, ਇਹ ਤਾਂ ਆਪਾਂ ਸਾਰੇ ਕਰਦੇ ਹੀ ਨੇਗੇ। ਤਾਂ ਇਹਦਾ ਆਪਾਂ ਇੰਜਨ ਆਇਲ ਖੋਲ੍ਹ ਲੈਂਦੇ ਹਾਂਗੇ, ਇੰਜਨ ਆਇਲ ਕੱਢ ਦਿੰਦੇ ਹਾਂ ਅਤੇ ਸਰਵਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਆਪਾਂ ਨੇ ਕੀ ਇਹਦਾ ਚੈੱਕ ਕਰਨਾ ਗਾ। ਤਾਂ ਜਿਸ ਤਰ੍ਹਾਂ ਕਿ ਆਪਾਂ ਸਭ ਤੋਂ ਪਹਿਲਾਂ ਇਹਦਾ ਇੰਜਨ ਆਇਲ ਕੱਢਦੇ ਹਾਂ, ਇੰਜਨ ਆਇਲ ਕੱਢਣ ਦੇ ਨਾਲ ਆਪਾਂ ਨੂੰ ਇਹਦੇ ਇੰਜਨ ਆਇਲ ਦੀ ਕੈਪੈਸਿਟੀ ਅਤੇ ਇੰਜਨ ਆਇਲ ਦੀ ਕੈਟਾਗਰੀ, ਇੰਜਨ ਆਇਲ ਕਿਸ ਪ੍ਰਕਾਰ ਦਾ ਗਾ ਅਤੇ ਇਹ ਕਿੰਨਾ ਜ਼ਿਆਦਾ ਖਰਾਬ ਆ, ਕਿੰਨਾ ਜ਼ਿਆਦਾ ਵਧੀਆ ਅਤੇ ਕਿੰਨਾ ਨਿਕਲ ਰਿਹਾ ਗਾ, ਇਹ ਸਭ ਕੁਝ ਇੰਜਨ ਆਇਲ ਕੱਢਣ ਦੇ ਵਿੱਚ ਪਤਾ ਲੱਗੂਗਾ। ਤਾਂ ਇਹ 7 ਟ੍ਰਿਕ ਨੇ ਸਭ ਵਿੱਚ ਜੋ 7 ਚੀਜ਼ਾਂ ਚੈੱਕ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂੰਗਾ। ਤਾਂ ਫਸਟ ਹੈਗੀ ਆ ਇੰਜਨ ਆਇਲ ਕੱਢਣਾ। ਤਾਂ ਆਪਾਂ ਇੰਜਨ ਦਾ ਆਇਲ ਕੱਢ ਦਿੰਦੇ ਹਾਂ ਸਭ ਤੋਂ ਪਹਿਲਾਂ ਇਹਦਾ 17 ਨੰਬਰ ਦੇ ਰਿੰਗ ਪਾਉਂਦੇ ਦੀ ਮਦਦ ਦੇ ਨਾਲ। ਚਲੋ ਸਰਵਿਸ ਐਕਚੁਅਲੀ ਨੋਰਮਲ ਸਰਵਿਸ ਹੈਗੀ, ਤਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਈਏ ਕਿ ਆਪਾਂ ਨੇ ਸੈਕੰਡ ਸਟੈਪ 'ਤੇ ਇਸਦਾ ਖੋਲ੍ਹਣਾ ਗਾ ਸੰਪਰਕ ਵਾਲਾ ਪਲੱਗ, ਆਹ ਤੁਸੀਂ ਦੇਖ ਸਕਦੇ ਹੋ। ਤਾਂ ਆਪਾਂ ਇਸਦਾ ਸੰਪਰਕ ਪਲੱਗ ਨੂੰ ਖੋਲ੍ਹ ਲਾਂਗੇ 16 ਨੰਬਰ ਦੀ ਗੁੱਟੀ ਦੀ ਮਦਦ ਨਾਲ। ਤਾਂ ਇਹਨੂੰ ਆਪਾਂ ਖੋਲ੍ਹ ਲੈਂਦੇ ਹਾਂ ਕਿਉਂਕਿ ਸਰਵਿਸ ਦੇ ਵਿੱਚ ਮੇਨ ਸੰਪਰਕ ਪਲੱਗ ਆਉਂਦਾ ਗਾ ਚੈੱਕ ਕਰਨਾ, ਅਤੇ ਇਸਦੇ ਵਿੱਚ ਨਾ ਜੇ ਕੋਈ ਘਸਾਵ ਵਗੈਰਾ ਆਇਆ ਹੋਇਆ ਮਤਲਬ ਇਸਦੇ ਵਿੱਚ ਅੱਗ ਤੁਹਾਨੂੰ ਵਧੀਆ ਫਾਇਰ ਕਰਦਾ ਹੁੰਦਾ ਇਹ, ਤਾਂ ਇਸ ਨੂੰ ਵੀ ਆਪਾਂ ਚੈੱਕ ਕਰਨਾ ਗਾ।
ਸਰਵਿਸ ਦੇ ਵਿੱਚ ਕਿ ਇਸਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਆ, ਵੀ ਆਪਾਂ ਨੂੰ 3000 ਕਿਲੋਮੀਟਰ ਦੇ ਵਿੱਚ ਧੋਖਾ ਤਾਂ ਨਹੀਂ ਦਊਗਾ ਕਿਤੇ, ਤਾਂ ਇਸਨੂੰ ਵੀ ਆਪਾਂ ਕੱਢ ਲੈਣੇ ਸੰਪਰਕ ਪਲੱਗ ਨੂੰ। ਤਾਂ ਤੁਸੀਂ ਦੇਖ ਸਕਦੇ ਹੋ ਸੰਪਰਕ ਪਲੱਗ ਦੀ ਕੰਡੀਸ਼ਨ ਕੁਝ ਇਸ ਪ੍ਰਕਾਰ ਦੀ ਨਿਕਲੀ ਆ। ਤਾਂ ਹੁਣ ਇਹ ਸੰਪਰਕ ਪਲੱਗ ਮੇਨ ਸਰਵਿਸ ਦੇ ਬਾਰੇ ਦੱਸ ਰਿਹਾ ਹੈਗਾ ਵੀ ਇਹਦੇ ਵਿੱਚ ਕੀ ਕਰਨ ਵਾਲਾ ਹੈਗਾ। ਤਾਂ ਹੁਣ ਇਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਜਾ ਰਿਹਾ ਹੈਗਾ ਆਇਲ, ਮਤਲਬ ਪੈਟਰੋਲ ਜ਼ਿਆਦਾ ਖਾ ਰਿਹਾ ਹੈਗਾ। ਤਾਂ ਆਹ ਵਾਲਾ ਸ਼ੇਡ ਨਾ ਜੇ ਵਾਈਟ ਕਲਰ 'ਚ ਨਿਕਲੂਗਾ ਤਾਂ ਆਇਲ ਘੱਟ ਖਾਊਗਾ, ਜਿਸ ਤਰ੍ਹਾਂ ਕਿ ਇਸਦਾ ਬਲੈਕ ਕਲਰ ਦਾ ਸ਼ੇਡ ਨਿਕਲੇਗਾ ਤਾਂ ਇਹ ਬਹੁਤ ਜ਼ਿਆਦਾ ਆਇਲ ਕੰਜ਼ੂਮ ਕਰ ਰਿਹਾ ਹੈਗਾ, ਮਤਲਬ ਕਸਟਮਰ ਦੀ ਜੇਬ ਦੇ ਉੱਤੇ ਭਾਰੀ ਪੈ ਰਿਹਾ ਹੈਗਾ, ਪੈਟਰੋਲ ਵੱਧ ਖਾ ਰਿਹਾ ਹੈਗਾ ਜੀ। ਤਾਂ ਇਹਨੂੰ ਆਪਾਂ ਪੂਰਾ ਕਰਾਂਗੇ ਕਲੀਨ, ਤਾਂ ਰੱਖ ਰਹੇ ਹਾਂ ਸੰਪਰਕ ਪਲੱਗ ਨੂੰ ਸਾਈਡ। ਇਹ ਨੰਬਰ ਸਟੈਪ ਦੇ ਵਿੱਚ ਨਾ ਆਪਾਂ ਨੇ ਇਸਦਾ ਖੋਲ੍ਹਣਾ ਹੈਗਾ ਏਅਰ ਕਲਿੰਡਰ। ਏਅਰ ਕਲਿੰਡਰ ਚੈੱਕ ਕਰਨਾ ਸਰਵਿਸ ਦਾ ਬਹੁਤ ਹੀ ਅਹਿਮ ਰੋਲ ਆ। ਤਾਂ ਏਅਰ ਕਲਿੰਡਰ ਨੂੰ ਆਪਾਂ ਖੋਲ੍ਹਣ ਦੇ ਲਈ ਨਾ ਇਹਦਾ ਪਹਿਲਾਂ ਸਾਈਡ ਵਾਲਾ ਪੈਨਲ ਨੂੰ ਹਟਾ ਦਿੰਦੇ ਹਾਂਗੇ, ਕੁਝ ਇਸ ਪ੍ਰਕਾਰ ਆਪਾਂ ਸਾਈਡ ਪੈਨਲ ਹਟਾਉਂਦੇ ਹਾਂ। ਐਂਡ ਇਸਦੇ ਨਾ 5 ਪੇਚਕਸ ਬੋਲਟ ਖੋਲ੍ਹਦੇ ਹਾਂ ਜੋ ਕਿ ਸਟਾਰ ਪੇਚਕਸ ਦੀ ਮਦਦ ਨਾਲ ਖੁੱਲ੍ਹਣਗੇ। ਤਾਂ ਇਹਨਾਂ ਨੂੰ ਆਪਾਂ ਖੋਲ੍ਹ ਦਿੰਦੇ ਹਾਂ ਅਤੇ ਏਅਰ ਕਲਿੰਡਰ ਨੂੰ ਕਰ ਦਿਆਂਗੇ ਰਿਮੂਵ। ਤਾਂ ਦੇਖਦੇ ਏਅਰ ਕਲਿੰਡਰ ਦੀ ਕੰਡੀਸ਼ਨ ਕਿਸ ਪ੍ਰਕਾਰ ਦੀ ਨਿਕਲ ਰਹੀ ਆ। ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਇਸਦਾ ਏਅਰ ਕਲਿੰਡਰ। ਏਅਰ ਕਲਿੰਡਰ ਖੋਲ੍ਹਣ ਤੋਂ ਬਾਅਦ ਆਪਾਂ ਨੇ ਕੁਝ ਨਜ਼ਰ ਹੋਰ ਮਾਰਨੀ ਇਸਦੇ ਵਿੱਚ ਕਿ ਆਪਣੀ ਆਹ ਵਾਲੀ ਫੇਸ ਕਿਸ ਤਰ੍ਹਾਂ ਦਾ ਗਾ ਤੁਸੀਂ ਦੇਖ ਸਕਦੇ ਹੋ। ਐਂਡ ਆਹ ਵਾਲੀ ਪੈਪ ਨੂੰ ਵੀ ਚੈੱਕ ਕਰਨਾ ਗਾ ਵੀ ਇਹਦੇ ਵਿੱਚ ਕਿੰਨੀ ਜ਼ਿਆਦਾ ਕਾਸ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਡਸਟ ਆ। ਜੇ ਹੁਣ ਇਹ ਡਸਟ ਆਪਾਂ ਸਟਾਰਟਿੰਗ ਇਸੇ ਪ੍ਰਕਾਰ ਕਰਾਂਗੇ ਤਾਂ ਇਹ ਅੰਦਰ ਜਾਊਗੀ। ਤਾਂ ਇਹਦੇ ਲਈ ਨਾ ਆਪਾਂ ਇਹਦਾ ਖੋਲ੍ਹਾਂਗੇ ਕਾਰਬੋਰੇਟਰ। ਤਾਂ ਇਹਦੇ ਕਾਰਬੋਰੇਟਰ ਦੇ ਵਿੱਚ ਪ੍ਰੋਬਲਮ ਲੱਗ ਰਹੀ ਆ, ਤਾਂ ਇਹਦਾ ਪੂਰਾ ਕਾਰਬੋਰੇਟਰ ਖੋਲ੍ਹਾਂਗੇ। ਕਾਰਬੋਰੇਟਰ ਦੀ ਵੀਡੀਓ ਆਲਰੇਡੀ ਮੇਰੇ ਯੂਟਿਊਬ ਚੈਨਲ ਤੇ ਦਿੱਤੀ ਹੋਈ ਆ ਤੇ ਆਪਾਂ ਨੇ ਇਹ ਪੈਪ ਵੀ ਕਲੀਨ ਕਰਨੀ ਆ। ਐਂਡ ਇਹਦੇ ਵਿੱਚ ਨਾ ਜੋ ਵੀ ਮਤਲਬ ਸਾਈਡ ਤੇ ਕੁਸ਼ਨ ਲੱਗਿਆ ਹੋਇਆ ਇਹਨੂੰ ਵੀ ਚੰਗੀ ਤਰ੍ਹਾਂ ਕਲੀਨ ਕਰਾਂਗੇ ਤੇ ਏਅਰ ਕਲਿੰਡਰ ਨੂੰ ਵੀ ਕਲੀਨ ਕਰਾਂਗੇ। ਏਅਰ ਕਲਿੰਡਰ ਵੈਸੇ ਚੱਲਣ ਦੀ ਹਾਲਾਤ ਦੇ ਵਿੱਚ ਹੈਗਾ, ਆਪਾਂ ਏਅਰ ਕਲਿੰਡਰ ਕਲੀਨ ਕਰਾਂਗੇ। ਵਿੱਚ ਮੇਰੇ ਦੋਸਤ ਹੁੰਦੇ ਨੇ ਜੋ ਕਿ ਇਸਨੂੰ ਸੜਕ ਦੇ ਉੱਤੇ ਜਾਂ ਚੱਪਲ ਦੇ ਨਾਲ ਸਾਫ਼ ਕਰਦੇ ਨੇ, ਉਹਦੇ ਨਾਲ ਨਾ ਇਹਦੇ ਇੱਥੋਂ ਨਾ ਗਲਿਊ ਲੱਗੀ ਹੁੰਦੀ ਆ, ਤੁਹਾਨੂੰ ਪਤਾ ਹੀ ਆ ਪੇਪਰ ਫਿਲਟਰ ਦੇ ਵਿੱਚ ਗਲਿਊ ਲੱਗੀ ਹੁੰਦੀ ਆ ਤੇ ਉਹ ਖਰਾਬ ਮਤਲਬ ਇੱਥੋਂ ਨਾ ਇਹ ਲੀਕ ਕਰਨ ਲੱਗ ਜਾਂਦਾ। ਤਾਂ ਇਹਦੇ ਲਈ ਨਾ ਆਪਾਂ ਏਅਰ ਕੰਪਰੈਸਰ ਟੈਂਕ ਆਪਣੀ ਦੁਕਾਨ ਤੇ ਹੋਣਾ ਜ਼ਰੂਰੀ ਆ। ਨਹੀਂ ਤੁਸੀਂ ਇਸਨੂੰ ਨਾ ਆਪਣੇ ਕਿਸੇ ਵੀ ਪੈਂਚਰ ਪਿੰਡ ਜਾਂ ਸ਼ਹਿਰ ਦੇ ਵਿੱਚ ਪੈਂਚਰ ਵਾਲੀ ਸ਼ੋਪ ਹੋਵੇ ਤਾਂ ਤੁਸੀਂ ਉੱਥੋਂ ਇਸਨੂੰ ਕਲੀਨ ਕਰਾ ਸਕਦੇ ਹੋ। ਤਾਂ ਇਸਨੂੰ ਆਪਾਂ ਕਰਾਂਗੇ ਕਲੀਨ ਤੇ ਸਭ ਤੋਂ ਪਹਿਲਾਂ ਇਸਦਾ ਕਾਰਬੋਰੇਟਰ ਖੋਲ੍ਹਦੇ ਹਾਂ। ਕਾਰਬੋਰੇਟਰ ਖੋਲ੍ਹ ਕੇ ਕਰ ਦਿਆਂਗੇ ਫਰੈਂਡਸ। ਤਾਂ ਇਸਦਾ ਨਾ ਆਪਾਂ ਨੇ ਜਦੋਂ ਕਾਰਬੋਰੇਟਰ ਕੱਢਿਆ ਤਾਂ ਕਾਰਬੋਰੇਟਰ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਸਲਾਈਡ ਦੀ ਕੀ ਹਾਲ ਹੋ ਰੱਖਿਆ ਗਾ। ਤਾਂ ਸਲਾਈਡ ਬਹੁਤ ਜ਼ਿਆਦਾ ਕਾਲੀ ਹੋ ਚੁੱਕੀ ਆ ਤੇ ਜੇ ਇਸ ਤਰ੍ਹਾਂ ਦੀ ਡਸਟ ਵਗੈਰਾ ਨਾ ਸਲਾਈਡ ਦੇ ਉੱਤੇ ਰਹੇ ਤਾਂ ਆਪਣੀ ਸਲਾਈਡ ਐਕਸਲੇਟਰ ਫਸਣ ਲੱਗ ਜਾਂਦੀ ਆ। ਤਾਂ ਤੁਸੀਂ ਦੇਖ ਸਕਦੇ ਹੋ ਕਾਰਬੋਰੇਟਰ ਦੇ ਵਿੱਚ ਵੀ ਕੁਝ ਇਸੇ ਪ੍ਰਕਾਰ ਹੀ ਹੋਇਆ ਹੈਗਾ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਡਸਟ ਪਾਰਟੀਕਲ ਹੈਗਾ। ਆ ਤੁਸੀਂ ਦੇਖ ਸਕਦੇ ਹੋ ਇਸਦਾ ਹੌਸ ਪਾਈਪ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਰਬਨ ਐਂਡ ਡਸਟ ਨਿਕਲ ਰਹੀ ਹੈਗੀ, ਆ ਤੁਸੀਂ ਦੇਖ ਸਕਦੇ ਹੋ। ਤਾਂ ਇਸਦੇ ਲਈ ਨਾ ਆਪਾਂ ਨੂੰ ਇਹਦਾ ਕਾਰਬੋਰੇਟਰ ਦੀ ਪੂਰੀ ਕਲੀਨਿੰਗ ਕਰਨੀ ਹੈਗੀ ਤੇ ਇਸਨੂੰ ਆਪਾਂ ਕਰ ਲੈਂਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਬਾਈਕ ਦੇ ਨਾਲ ਅਲੱਗ ਤੇ ਦਿਖਾਉਂਦੇ ਆ ਤੁਹਾਨੂੰ। ਕਾਰਬੋਰੇਟਰ ਦੀ ਵੀਡੀਓ ਆਲਰੇਡੀ ਮੇਰੇ ਯੂਟਿਊਬ ਚੈਨਲ ਤੇ ਦਿੱਤੀ ਹੋਈ ਹੈਗੀ ਕਲੀਨ ਕਰਨ ਦੀ, ਤਾਂ ਤੁਸੀਂ ਉਸ ਤੋਂ ਦੇਖ ਕੇ ਕਾਰਬੋਰੇਟਰ ਕਲੀਨ ਕਰ ਸਕਦੇ ਹੋ ਜਾਂ ਕਰਾ ਸਕਦੇ ਹੋ। ਤਾਂ ਕਾਰਬੋਰੇਟਰ ਦੀ ਕਲੀਨਿੰਗ ਵੀ ਉਹ ਨਹੀਂ ਹੁੰਦੀ ਤੇ ਕਾਰਬੋਰੇਟਰ ਦੇ ਵਿੱਚ ਪੂਰੀਆਂ ਸੈਟਿੰਗ ਪੂਰਾ ਸਮਾਨ ਖੋਲ ਕੇ ਚੈੱਕ ਕਰਨਾ ਤੇ ਪੂਰਾ ਸਾਈਡ ਵਗੈਰਾ ਚੈੱਕ ਕਰਨਾ ਤੇ ਥਰਡ ਸਟੈਪ ਦੇ ਵਿੱਚ ਯਾਨੀ ਕਿ ਏਅਰ ਕਲਿੰਡਰ ਤੋਂ ਆਪਾਂ ਨੂੰ ਕਾਰਬੋਰੇਟਰ ਦੇ ਬਾਰੇ ਪਤਾ ਲੱਗ ਜਾਂਦਾ। ਤਾਂ ਉਹਦੇ ਲਈ ਆਪਾਂ ਨੂੰ ਇਹਦਾ ਕਾਰਬੋਰੇਟਰ ਕਲੀਨ ਕਰਨਾ ਪੈਣਾਗਾ, ਕਿਉਂਕਿ ਜੇ ਇਹ ਵਾਲੀ ਡਸਟ ਵਗੈਰਾ ਅੰਦਰ ਜਾਊ ਇੰਜਨ ਦੇ ਵਿੱਚ ਤਾਂ ਇੰਜਨ ਆਪਣਾ ਖਰਾਬ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ, ਪਿਸਟਨ ਦੇ ਸਕਰੈਚ ਪੈਣ ਲੱਗ ਜਾਂਦੇ ਨੇ। ਤਾਂ ਇਹਨੂੰ ਆਪਾਂ ਕਰ ਦਿਆਂਗੇ ਕਾਰਬੋਰੇਟਰ ਨੂੰ ਪੂਰਾ ਕਲੀਨ।
ਤੇ ਨੈਕਸਟ ਸਟੈਪ ਦੇ ਵਿੱਚ ਵੀ ਤੁਹਾਨੂੰ ਦੱਸਦੇ ਹਾਂ ਤੇ ਕਾਰਬੋਰੇਟਰ। ਸਭ ਤੋਂ ਪਹਿਲਾਂ ਆਪਾਂ ਨੇ ਕਾਰਬੋਰੇਟਰ ਖੋਲ ਲਿੱਤਾ ਤੇ ਇਸ ਤੋਂ ਬਾਅਦ ਇਸਦਾ ਨਾ ਆਪਾਂ ਨੇ ਏਅਰ ਵਾਲਾ ਬਾਕਸ ਵੀ ਕਲੀਨ ਕਰ ਲਿਆ, ਏਅਰ ਫਿਲਟਰ ਵੀ ਤੁਸੀਂ ਦੇ ਸਕਦੇ, ਏਅਰ ਕਲੀਨਰ ਵੀ ਕਲੀਨ ਕੀਤਾ ਤੇ ਇਸਦਾ ਬਾਕਸ ਪੂਰਾ ਕਲੀਨ ਕੀਤਾ ਤੇ ਇਸ ਨੂੰ ਵੀ ਆਪਾਂ ਨੇ ਕਲੀਨ ਕੀਤਾ, ਜੋ ਇਹਦੀਆਂ ਪੈਪਾਂ ਨੇ ਇਹਨਾਂ ਨੂੰ ਵੀ ਕਲੀਨ ਕਰ ਲਿਆ। ਉਸ ਤੋਂ ਬਾਅਦ ਆਪਣੀ ਆ ਗਈ ਕਾਰਬੋਰੇਟਰ ਸਲੈਡ, ਇਸ ਨੂੰ ਵੀ ਆਪਾਂ ਨੇ ਸਾਫ਼ ਕਰ ਲਿਆ। ਇਹਦੀ ਇਹ ਵਾਲੀ ਏਅਰ ਲਾਈਨ ਇਹ ਵੀ ਆਪਾਂ ਨੇ ਬਿਲਕੁਲ ਹੀ ਸਾਫ਼ ਕਰ ਲਈ ਆ ਤੇ ਉਸ ਤੋਂ ਬਾਅਦ ਇਸਦੇ ਵਿੱਚ ਨਾ ਆਪਾਂ ਇਹ ਸਮਾਨ ਕਰ ਦਿਆਂਗੇ ਫੀਟਿੰਗ। ਫੀਟਿੰਗ ਕਰਨ ਤੋਂ ਬਾਅਦ ਤੁਹਾਨੂੰ ਨੈਕਸਟ ਦਿਖਾਉਣੇ ਆ ਵੀ ਹੋਰ ਕੀ ਖੋਲਣਾ ਤੇ ਕੀ ਇਹਦੇ ਵਿੱਚ ਚੈੱਕ ਕਰਨਾ ਗਾ ਤੇ ਆ ਕਿ ਆਪਣੀ ਸਰਵਿਸ ਤੋਂ ਬਾਅਦ ਬਾਈਕ ਆਪਣੀ ਬੈਟਰ ਪਰਫੋਰਮ ਕਰ ਸਕੇ ਤੇ ਵਧੀਆ ਚੱਲ ਸਕੇ, ਹੋਰ ਵੀ ਜੋ ਵੀ ਇਹਦੇ ਵਿੱਚ ਪ੍ਰੋਬਲਮਾਂ ਨੇ ਆ ਉਹ ਵੀ ਦੂਰ ਹੋ ਸਕਣ। ਤਾਂ ਚਲੋ ਆਪਾਂ ਕਰਦੇ ਹਾਂ ਏਅਰ ਕਲੀਨਰ ਪਹਿਲਾਂ ਫੀਟਿੰਗ। ਫਰੈਂਡਸ, ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਲੱਗ ਦੀ ਬਲੈਕ ਸੀਡ ਆਈ ਆ, ਤਾਂ ਹੁਣ ਇਸ ਨੇ ਪਲੱਗ ਨੇ ਆਪਾਂ ਨੂੰ ਪ੍ਰੋਬਲਮਾਂ ਕੀ ਦੱਸੀਆਂ ਨਹੀਂ ਆ, ਤੁਹਾਨੂੰ ਇਸ ਦੇ ਵਿੱਚ ਆਪਾਂ ਵੀਡੀਓ 'ਚ ਦੱਸ ਦਿਆਂਗੇ ਕਿ ਪਲੱਗ ਨੇ ਸਭ ਤੋਂ ਪਹਿਲਾਂ ਦੱਸਿਆ ਗਾ ਕਿ ਇਸਦਾ ਕਾਰਬੋਰੇਟਰ ਕਲੀਨ ਹੋਣਾ, ਜੋ ਕਿ ਆਪਾਂ ਨੇ ਕਰਕੇ ਦਿਖਾ ਦਿੱਤਾ ਗਾ ਤੁਹਾਨੂੰ। ਅਤੇ ਦੂਸਰੇ ਨੰਬਰ 'ਤੇ ਇਸਨੇ ਕਿਹਾ ਗਾ ਵੀ ਪੈਟਰੋਲ ਜ਼ਿਆਦਾ ਜਾ ਰਿਹਾ ਹੈਗਾ, ਏਅਰ ਘੱਟ ਜਾ ਰਹੀ ਹੈਗੀ, ਅਤੇ ਇਹ ਜਾਣੀ ਕਿ ਚੌਥੇ ਗੇਅਰ 'ਚ ਜਾਂਦਾ ਜਾਂਦਾ ਵੀ ਐਕਸੀਲੇਟਰ ਦਾ ਕੰਮ ਕਰ ਰਿਹਾ ਹੈਗਾ, ਮਤਲਬ ਖਿਚਾਈ ਘੱਟ ਹੈਗੀ ਅਤੇ ਲੋਡ ਵੱਧ ਲੈ ਰਿਹਾ ਇੰਜਣ। ਤਾਂ ਇਹਦੀ ਸਮੱਸਿਆ ਹੈਗੀ ਇਹਦੇ ਵਿੱਚ ਇਹਦੀ ਵਾਲ ਕਲੀਨਿੰਗ ਕਰਨ ਵਾਲੀ ਆ, ਮਤਲਬ ਟੈਪਟਾਂ ਦੀ ਸੈਟਿੰਗ ਕਰਨ ਵਾਲੀ ਆ। ਹੋ ਸਕਦਾ ਇੱਕ ਵਾਲ ਇਸਦਾ ਟਾਈਟ ਹੋਵੇ, ਇੱਕ ਲੂਜ਼ ਹੋਵੇ। ਤਾਂ ਹੁਣ ਇਹਦੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਲੱਗ ਨੂੰ ਕਲੀਨ ਕਰਦੇ ਹਾਂ। ਫਰੈਂਡਸ, ਇਸਦੀਆਂ ਨਾ ਆਪਾਂ ਨੇ ਟੈਪਟਾਂ ਜਾਣੀ ਕਿ ਵਾਲ ਕਲੀਨਿੰਗ ਸੈਟਿੰਗ ਕਰਨੀ ਹੈਗੀ ਕਿ ਆਪਣਾ ਨਾ ਐਗਜੋਸਟ ਅੰਦਰ ਪੂਰਾ ਪ੍ਰੋਪਰ ਕੰਮ ਕਰ ਸਕੇ। ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਉਹ ਆ ਵਾਲੀ ਟੈਪਟ ਹੈਗੀ, ਤਾਂ ਇਸਦੀ ਪਲੇ 0.67 mm ਹੋਣੀ ਚਾਹੀਦੀ ਆ ਅਤੇ ਨੀਚੇ ਵਾਲੀ ਦੀ 9 ਕੰਪਨੀ ਦੇ ਅਕੋਰਡਿੰਗ। ਤਾਂ ਆਪਾਂ ਇਹਦੀ ਨਾ 0.7 mm ਦੀ ਪਲੇ ਰੱਖਾਂਗੇ ਅਤੇ ਇਹ ਵੀ ਆਪਣਾ ਟੈਪਟਾਂ ਚੈੱਕ ਕਰਨੀਆਂ ਜ਼ਰੂਰੀ ਨੇ। ਟੈਪਟਾਂ ਚੈੱਕ ਕਰਨ ਤੋਂ ਪਹਿਲਾਂ ਆਪਾਂ ਨੇ ਪਲੱਗ ਨੂੰ ਕਲੀਨ ਕਰਨਾ, ਜਾਣੀ ਕਿ ਪਲੱਗ ਆਪਾਂ ਨੂੰ ਸਭ ਕੁਝ ਦੱਸ ਦੂਗਾ ਕਿ ਬਾਈਕ ਦੇ ਵਿੱਚ ਕਿੱਥੇ ਫਲਟਾ। ਜਿਸ ਤਰ੍ਹਾਂ ਕਿ ਡਾਕਟਰ ਆਪਣੇ ਥਰਮਾਮੀਟਰ ਦੇ ਨਾਲ ਚੈੱਕ ਕਰ ਲੈਂਦਾ, ਤਾਂ ਕੋਈ ਵੀ ਮਕੈਨਿਕ ਜੋ ਵਧੀਆ ਮਕੈਨਿਕ ਹੋਵੇ ਉਹ ਪਲੱਗ ਤੋਂ ਹੀ ਚੈੱਕ ਕਰਕੇ ਦੱਸ ਦੂਗਾ ਕਿ ਬਾਈਕ ਦੇ ਵਿੱਚ ਕਿੱਥੇ ਪ੍ਰੋਬਲਮ ਆ ਐਂਡ ਕੀ ਪ੍ਰੋਬਲਮ ਆ। ਉਸ ਤਰ੍ਹਾਂ ਸਭ ਕੁਝ ਪਤਾ ਲੱਗ ਜਾਂਦਾ ਹੈਗਾ। ਇਹ ਵੀ ਇੱਕ ਇਨਸਾਨ ਦੀ ਤਰ੍ਹਾਂ ਹੀ ਕੰਮ ਕਰਦੀ ਆ। ਤਾਂ ਹੁਣ ਇਹਦੀ ਆਪਾਂ ਟੈਪਟਾਂ ਦੀ ਪੂਰੀ ਕਰ ਦਿਆਂਗੇ ਸੈਟਿੰਗ ਅਤੇ ਇਸਦੀ ਨਾ ਚਲਾਈ, ਜਦੋਂ ਇਸਨੂੰ ਆਪਾਂ ਚਲਾਵਾਂਗੇ ਤਾਂ ਮੱਖਣ ਮਲਾਈ ਵਰਗੀ ਚਲਾਈ ਹੋਊਗੀ, ਬੈਸਟ ਚਲਾਈ ਹੋਊਗੀ। ਤਾਂ ਹੁਣ ਇਸਦੀ ਕਰ ਦਿਆਂਗੇ ਇਹ ਵਾਲੀ ਟੈਪਟ ਸੈਟਿੰਗ, ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਾਰਡ ਆ, ਬਹੁਤ ਜ਼ਿਆਦਾ ਟਾਈਟ ਆ। ਤਾਂ ਇਸਨੂੰ ਆਪਾਂ ਕਰ ਦਿਆਂਗੇ ਪਲੇ ਪਾਉਣੇ ਆ, ਹਲਕੀ ਜਿਹੀ ਪਲੇ ਪਾਉਣੇ ਇਹਦੇ ਵਿੱਚ ਅਤੇ ਉਸ ਤੋਂ ਬਾਅਦ ਇਸਨੂੰ ਆਪਾਂ ਪੂਰੇ ਨੂੰ ਪੈਕ ਕਰਾਂਗੇ ਅਤੇ ਉਹ ਨੈਕਸਟ ਸਟੈਪ ਚ। ਫਰੈਂਡਸ, ਤਾਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਨਾ ਇੱਕ ਇਸ ਤਰ੍ਹਾਂ ਦਾ ਬੁਰਸ਼ ਆਉਂਦਾ ਜੋ ਕਿ ਬਹੁਤ ਹੀ ਜ਼ਿਆਦਾ ਹਾਰਡ ਦੰਦਿਆਂ ਵਾਲਾ ਹੁੰਦਾ। ਤਾਂ ਇਹਦੇ ਨਾਲ ਨਾ ਆਪਾਂ ਨੇ ਚੈਨ ਦੇ ਉੱਤੇ ਜੋ ਵੀ ਮਤਲਬ ਮਿੱਟੀ ਵਗੈਰਾ ਲੱਗੀ ਹੋਈ ਆ ਤਾਂ ਇਸਨੂੰ ਆਪਾਂ ਨੇ ਲਾ ਦੇਣਾ, ਇਹਦੇ ਨਾਲ ਚੰਗੀ ਤਰ੍ਹਾਂ ਚੈਨ ਨੂੰ ਕਰ ਦੇਣਾ ਗਾ ਸਾਫ਼ ਅਤੇ ਇਸਨੂੰ ਆਪਾਂ ਸਾਫ਼ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਣੇਗੇ। ਆ ਤੁਸੀਂ ਦੇਖ ਸਕਦੇ ਹੋ ਚੈਨ ਦੀ ਸੇਵਿੰਗ ਕਿਹੋ ਜਿਹੀ ਆ ਰਹੀ ਆ, ਇਹਦੇ ਵਿੱਚੋਂ ਨਾ ਸਾਰੀ ਰਸਟ ਵਗੈਰਾ ਕੱਢ ਦੇਣੀ ਆ। ਤਾਂ ਸਭ ਤੋਂ ਪਹਿਲਾਂ ਇਹਦੀ ਆਪਾਂ ਚੈਨ ਨੂੰ ਕਰ ਦਾਂਗੇ ਇਸ ਤਰ੍ਹਾਂ ਇਹਦੇ ਨਾਲ ਕਲੀਨ ਅਤੇ ਫਿਰ ਤੁਹਾਨੂੰ ਦਿਖਾਉਣਾ। ਇਹਦੇ ਉੱਤੇ ਮੈਂ ਕੋਈ ਵੀ ਪ੍ਰੈਕਟੀਕਲ ਮਤਲਬ ਕੋਈ ਵੀ ਪ੍ਰੋਡਕਟ ਨਹੀਂ ਲਗਾ ਰਿਹਾ, ਬਸ ਓਨਲੀ ਇਸ ਬੁਰਸ ਦੇ ਨਾਲ ਹੀ ਇਸਦੀ ਰਸਟ ਵਗੈਰਾ ਮਿੱਟੀ ਵਗੈਰਾ ਲਾ ਰਿਹਾਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾਗੇ ਕਿ ਇਸਦੀ ਪੂਰੀ ਸੈਟਿੰਗ ਕਿਸ ਤਰ੍ਹਾਂ ਕਰਨੀ ਹੈਗੀ। ਅਤੇ ਫਰੈਂਡਸ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਰਸਟ ਲਈ ਆ ਅਤੇ ਚੈਨ ਬਿਲਕੁਲ ਹੀ ਕਲੀਨ ਵਗੈਰਾ ਵਧੀਆ ਢੰਗ ਨਾਲ ਹੋ ਚੁੱਕੀ ਆ। ਤਾਂ ਹੁਣ ਇਹਦੇ ਵਿੱਚ ਆਪਾਂ ਨੇ ਚੈੱਕ ਕਰਨੇ ਨੇ ਇਹ ਵਾਲੇ ਸਪੋਕਟ ਦੇ ਬੋਲਟ, ਸਾਰੇ ਬੋਲਟ ਟਾਈਟ ਕਰਨੇ ਨੇਗੇ।
ਕਿਉਂਕਿ ਨਾ ਕਈ ਵਾਰ ਕਸਟਮਰ ਨੂੰ ਰਸਤੇ 'ਚ ਪਰੇਸ਼ਾਨੀ ਨਾ ਆਵੇ ਤਾਂ ਇਹਦੇ ਲਈ ਆਪਾਂ ਨੂੰ ਇਹ ਬੋਲਟ ਚੈੱਕ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਜਦੋਂ ਇਹ ਬੋਲਟ ਖੁੱਲ੍ਹ ਜਾਂਦੇ ਨੇ ਤਾਂ ਚੈਨ ਦੀ ਆਪਣੀ ਦੀ ਲਾਈਨ ਆਊਟ ਹੋ ਜਾਂਦੀ ਆ, ਅਤੇ ਆਊਟ ਹੋਣ ਤੋਂ ਬਾਅਦ ਨਾ ਆਪਣੇ ਚੈਨ ਸੈੱਟ ਦੀ ਲੈਫ ਬਹੁਤ ਜ਼ਿਆਦਾ ਘੱਟ ਜਾਂਦੀ ਆ। ਤਾਂ ਇਹਨਾਂ ਨੂੰ ਆਪਾਂ ਕੁਝ ਇਸ ਪ੍ਰਕਾਰ ਟਾਈਟ ਕਰ ਦੇਵਾਂਗੇ ਚੈਨ ਸਪੋਕਟ ਬੋਲਟਾਂ ਨੂੰ, ਇਹ ਟਾਈਟ ਹੋ ਚੁੱਕੇ ਨੇ। ਅਤੇ ਇਸ ਤੋਂ ਬਾਅਦ ਆਪਾਂ ਨੇ ਕਰਨਾ ਹੈਗਾ ਇਹਦੀ ਚੈਨ ਦਾ ਲੋਕ ਚੈੱਕ। ਲੋਕ ਵੀ ਆਪਾਂ ਨੇ ਇਸ ਪ੍ਰਕਾਰ ਨਹੀਂ ਚੈੱਕ ਕਰਨਾ, ਬਾਹਰ ਪੂਰਾ ਕੱਢ ਕੇ ਲੋਕ ਨੂੰ ਫੇਰ ਚੈੱਕ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਆ ਰਿਹਾ ਇਸਦਾ ਚੈਨ ਦਾ ਲੋਕ, ਤਾਂ ਇਸਨੂੰ ਆਪਾਂ ਕੱਢ ਦਿਆਂਗੇ, ਕੱਢ ਕੇ ਚੈੱਕ ਕਰਦੇ ਹਾਂ। ਜੇ ਇਹ ਖਰਾਬ ਆ ਤਾਂ ਆਪਾਂ ਇਸਨੂੰ ਰਿਪਲੇਸ ਕਰਾਂਗੇ, ਜੇ ਇਹ ਸਹੀ ਆ ਤਾਂ ਇਸਨੂੰ ਹੀ ਗਰੀਸ ਲਗਾ ਕੇ ਆਪਾਂ ਦੁਬਾਰਾ ਤੋਂ ਇਹਦੇ ਵਿੱਚ ਇੰਸਟਾਲ ਕਰ ਦੇਵਾਂਗੇ। ਕਿਉਂਕਿ ਨਾ ਜਦੋਂ ਕਈ ਵਾਰ ਭੱਜੇ ਜਾਂਦੇ ਬਾਈਕ ਦੀ ਚੈਨ ਦਾ ਲੋਕ ਟੁੱਟ ਜੇ ਤਾਂ ਕਸਟਮਰ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਤਾਂ ਕਸਟਮਰ ਨੂੰ 3000 ਕਿਲੋਮੀਟਰ ਮਤਲਬ 2 ਤੋਂ 3 ਮਹੀਨੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਇਹਦੇ ਲਈ ਆਪਾਂ ਨੂੰ ਚੈਨ ਦਾ ਲੋਕ ਚੈੱਕ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਰਵਿਸ ਦੇ ਵਿੱਚ। ਇਸ ਤਰ੍ਹਾਂ ਮਕੈਨਿਕ ਵੀਰਾਂ ਨੂੰ ਵੀ ਬੇਨਤੀ ਹੈ ਕਿ ਚੈਨ ਦਾ ਲੋਕ ਕਸਟਮਰ ਦਾ ਚੈੱਕ ਕਰੋ, ਅਤੇ ਆਪਣੇ 'ਤੇ ਵੱਧ ਤੋਂ ਵੱਧ ਯਕੀਨ ਬਣਾਓ ਕਿ ਕਸਟਮਰ ਤੁਹਾਡੇ ਕੋਲ ਸਰਵਿਸ ਕਰਵਾਉਣ ਲਈ ਚੱਲ ਕੇ ਆਵੇ। ਤਾਂ ਹੁਣ ਇਹਦੀ ਆਪਾਂ ਚੈਨ ਦਾ ਲੋਕ ਚੈੱਕ ਕਰਦੇ ਹਾਂ, ਕੱਢ ਕੇ ਤਾਂ ਇਸਨੂੰ ਕਰ ਦੇਵਾਂਗੇ ਬਾਅਦ ਵਿੱਚ ਇੰਸਟਾਲ, ਅਤੇ ਦਿਖਾਉਂਦੇ ਹਾਂ ਤੁਹਾਨੂੰ ਲੋਕ ਕਿਸ ਪ੍ਰਕਾਰ ਦਾ ਹੈਗਾ। ਫਰੈਂਡਸ, ਤਾਂ ਇਸ ਪ੍ਰਕਾਰ ਦਾ ਇਸਦਾ ਲੋਕ ਨਿਕਲੇਗਾ। ਲੋਕ ਨੂੰ ਆਪਾਂ ਚੰਗੀ ਤਰ੍ਹਾਂ ਧੋਣੇ ਆਗੇ, ਅਤੇ ਚੈਨ ਸੈੱਟ ਫਿਲਹਾਲ ਹਾਲ ਹੀ ਵਿੱਚ ਨਵਾਂ ਪਿਆ ਹੋਏਗਾ। ਅਤੇ ਲੋਕ ਧੋਣ ਤੋਂ ਪਹਿਲਾਂ ਆਪਾਂ ਇਹਦੀਆਂ ਕੁਝ ਚੀਜ਼ਾਂ ਚੈੱਕ ਕਰਨੀਆਂ ਨੇ, ਇਹਦੀ ਟੈਸਟਿੰਗ ਕਿਸ ਤਰ੍ਹਾਂ ਕਰਨੀ ਆ। ਤਾਂ ਆਹ ਵਾਲੇ 2 ਪਿੰਨਾਂ ਨੇ ਗੀਆਂ, ਇਹਨਾਂ ਨੂੰ ਆਪਾਂ ਨੇ ਪ੍ਰੈਸ ਕਰਕੇ ਦੇਖਣਾ ਵੀ ਇਹ ਨੱਪੀਆਂ ਤਾਂ ਨਹੀਂ ਜਾ ਰਹੀਆਂ। ਉਸ ਤੋਂ ਬਾਅਦ ਇਸਨੂੰ ਧੋ ਕੇ ਇਸੇ ਪ੍ਰਕਾਰ ਲੋਕ ਲਗਾਉਂਦੇ ਹਾਂ, ਕਿਉਂਕਿ ਲੋਕ ਇਸਦਾ ਬਿਲਕੁਲ ਹੀ ਸਹੀ ਆ। ਤਾਂ ਆਪਣੀ ਬਾਈਕ ਦੀ ਜਿਹੜੀ ਚੈਨ ਆ, ਚੈਨ ਨੂੰ ਆਪਾਂ ਨੇ ਓਰੀਜਨਲ ਓਇਲ ਵਧੀਆ ਕੁਆਲਿਟੀ ਦਾ ਸਾਫ਼ ਓਇਲ ਲਾਉਣਾ ਹੈਗਾ, ਤੁਸੀਂ ਦੇ ਸਕਦੇ ਹੋ। ਤਾਂ ਆਪਾਂ ਓਇਲ ਲਗਾ ਦਿੰਦੇ ਹੈਗੇ, ਅਤੇ ਚੈਨ ਨੂੰ ਪੂਰਾ ਟਾਈਟ ਕਰ ਦਿੰਦੇ ਹਾਂ, ਜਿੰਨਾ ਜਾਣੀ ਕਿ ਅਕੋਰਡਿੰਗ ਹੁੰਦੀ ਹੈਗੀ। ਫਰੈਂਚ, ਐਕਚੁਲੀ ਇਹ ਬਾਈਕ ਆਪਣੇ ਕੋਲ ਆ ਕੇ ਖੜ੍ਹੀ ਹੋਈ ਸੀ, ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਚੈਨ ਦਾ ਲੋਕ ਚੈੱਕ ਕਰ ਲਿਆ, ਚੈਨ ਚੈੱਕ ਕਰ ਲਈ, ਚੈਨ ਨੂੰ ਕੱਸ ਦਿੱਤਾ, ਅਤੇ ਇਸਦਾ ਪਲੱਗ ਚੈੱਕ ਕਰ ਲਿਆ, ਪਲੱਗ ਕਲੀਨ ਕਰ ਲਿਆ। ਅਤੇ ਹੁਣ ਇਸਦਾ ਆਪਾਂ ਪਲੱਗ ਨੂੰ ਲਗਾ ਦਿੰਦੇ ਹਾਂਗੇ। ਪਲੱਗ ਲਗਾਉਣ ਤੋਂ ਬਾਅਦ ਇਸਦਾ ਨਾ ਆਪਾਂ ਨੇ ਪਲੱਗ ਨੂੰ ਟਾਈਟ ਕਰਤਾ, ਅਤੇ ਆਹ ਆਪਣਾ ਓਇਲ ਵਾਲਾ ਬੋਲਟ ਹੈਗਾ ਜੋ ਕਿ ਆਪਣੇ ਪਲੇਟ ਦਾ ਬੋਲਟ ਆ, ਇਸਨੂੰ ਵੀ ਆਪਾਂ ਨੇ ਪੂਰਾ ਜ਼ਿਆਦਾ ਟਾਈਟ ਕਰ ਲਿਆ। ਅਤੇ ਉਸ ਤੋਂ ਬਾਅਦ ਨਾ ਇਸਦਾ ਆਹ ਵਾਲਾ ਕੈਬ ਨੂੰ ਮੈਂ ਖੋਲ੍ਹਿਆ, ਖੋਲ੍ਹਣ ਤੋਂ ਬਾਅਦ ਇਹਦੇ ਵਿੱਚ ਥੋੜ੍ਹੀ ਜਿਹੀ ਰਸਟ ਵਗੈਰਾ ਜਰ ਵਗੈਰਾ ਪੈ ਚੁੱਕੀ ਸੀ, ਤਾਂ ਉਸ ਨੂੰ ਆਪਾਂ ਨੇ ਕਲੀਨ ਕੀਤਾ ਪੈਟਰੋਲ ਦੀ ਮਦਦ ਨਾਲ। ਤਾਂ ਹੁਣ ਇਸਦਾ ਲਗਾਉਣਗੇ ਪਲੱਗ ਵਾਲਾ ਕੈਪ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਕੀ ਚੈੱਕ। ਜਿਸ ਤਰ੍ਹਾਂ ਕਿ ਇਹਦੇ ਫਰੈਂਡ ਤੁਸੀਂ ਦੇਖ ਸਕਦੇ ਹੋ ਕਿ ਐਚ ਟੀ ਕੋਇਲ ਲੱਗੀ ਹੋਈ ਆ, ਤਾਂ ਐਚ ਟੀ ਕੋਇਲ ਦੀਆਂ ਸਿੰਮਾਂ ਦੋਨੇ ਆਪਾਂ ਨੇ ਚੈੱਕ ਕਰੀਆਂ ਨੇ, ਕਿਉਂਕਿ ਇਹ ਲੂਜ਼ ਦੇ ਕਾਰਨ ਨਾ ਮਿਸਿੰਗ ਕਰਨ ਲੱਗ ਜਾਂਦੀ ਆ। ਤੁਹਾਨੂੰ ਪਤਾ ਗਾ ਕਿ ਫਿਊਚਰ ਦੇ ਵਿੱਚ ਨਾ ਬਾਰਿਸ਼ ਦਾ ਮੌਸਮ ਆਉਣ ਵਾਲਾ ਗਾ, ਅਤੇ ਬਾਰਿਸ਼ ਦੇ ਵਿੱਚ ਬਹੁਤ ਜ਼ਿਆਦਾ ਇਸਨੂੰ ਜਾਣੀ ਕਿ ਖਰਾਬ ਕਰ ਸਕਦੀ ਹੈ। ਤਾਂ ਇਹਦੇ ਲਈ ਆਪਾਂ ਨੇ ਇਹਦੀਆਂ ਸਿੰਮਾਂ ਦੋਨਾਂ ਨੂੰ ਟਾਈਟ ਕਰਿਆ ਹਲਕਾ ਹਲਕਾ, ਇਹ ਵੀ ਚੱਲਦੇ ਹੁੰਦੇ ਲੂਜ਼ ਹੋ ਜਾਂਦੀਆਂ ਨੇ। ਉਸਦੇ ਬਾਅਦ ਆਪਾਂ ਨੇ ਲਗਾਉਣਾ ਗਾ ਓਇਲ ਡਰੀਨਰ ਬੋਲਟ, ਤਾਂ ਤੁਸੀਂ ਦੇਖ ਸਕਦੇ ਹੋ ਓਇਲ ਡਰੀਨਰ ਬੋਲਟ। ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਗਾ, ਸਾਫ਼ ਕਰਨ ਤੋਂ ਬਾਅਦ ਨਾ ਇਹਦੀ ਇੱਕ ਕੋਪਰ ਦੀ ਵਾਸਲ ਆਉਂਦੀ ਹੈ, ਮਤਲਬ ਅਲਮੀਨੀਅਮ ਵਾਸਲ ਆਉਂਦੀ ਆ, ਤਾਂ ਇਹ ਆਪਾਂ ਨੇ ਚੈੱਕ ਕਰਨੀ ਆ ਵੀ ਵਾਸਲ ਆਪਣੀ ਸਹੀ ਆ, ਜ਼ਿਆਦਾ ਖਰਾਬ ਤਾਂ ਨਹੀਂ ਹੋਊਗੀ। ਤਾਂ ਇਸਨੂੰ ਆਪਾਂ ਓਇਲ ਡਰੀਨਰ ਬੋਲਟ ਨੂੰ ਲਗਾ ਦਿੰਦੇ ਹਾਂ ਕੁਝ ਇਸ ਪ੍ਰਕਾਰ। ਬਾਅਦ ਆਪਾਂ ਨੇ ਇਸਦੀ ਕਲੱਚ ਵਾਲੀ ਵਾਇਰ ਕੱਢਣੀ ਹੈਗੀ, ਕਲੱਚ ਵਾਲੀ ਵਾਇਰ ਕੱਢਣੀ ਆ, ਅਤੇ ਆਹ ਲੀਵਰ ਦੀ ਪਲੇ ਚੈੱਕ ਕਰਨੀ ਆ। ਕਲੱਚ ਵਾਲੀ ਵਾਇਰ ਕੱਢਣੀ ਆ ਤਾਂ ਆਪਾਂ ਕੱਢ ਦਿਆਂਗੇ ਕਲੱਚ ਵਾਲੀ ਵਾਇਰ, ਅਤੇ ਇਹਦੀ ਲੀਵਰ ਦੀ ਕਰਦੇ ਹਾਂ ਪਲੇ ਚੈੱਕ। ਤਾਂ ਸਭ ਤੋਂ ਪਹਿਲਾਂ ਇਹਦੀ ਆਪਾਂ ਕਲੱਚ ਵਾਇਰ ਕੱਢਦੇ ਹਾਂ।
ਫਰੈਂਡਸ, ਕਲੱਚ ਵਾਲੀ ਤਾਰ ਆਪਾਂ ਨੇ ਕਿਉਂ ਕੱਢੀ ਹੈ ਵੀ ਤੁਹਾਨੂੰ ਦੱਸ ਦਾਂਗਾ, ਕਿਉਂਕਿ ਇਸ ਦੇ ਨਾਲ ਨਾ ਆਪਣੀ ਤਾਰ ਦੀ ਮੱਖੀ ਚੈੱਕ ਹੋ ਜੂਗੀ ਕਿ ਟੁੱਟਣ ਵਾਲੀ ਤਾਰ ਨਹੀਂ ਹੈਗੀ, ਅਤੇ ਇਸ ਦੇ ਵਿੱਚ ਓਇਲ ਵੀ ਪੈ ਜੂ, ਇਹ ਸਮੂਥਲੀ ਵਰਕ ਕਰੂ। ਤਾਂ ਇਹਦੇ ਵਿੱਚ ਆਪਾਂ ਨਿਊ ਓਇਲ ਪਾਉਂਦੇ ਹਾਂ ਅਤੇ ਲੀਵਰ ਦੀ ਪਲੇ ਨੋਰਮਲ ਆ ਗਈ ਆ, ਤੁਸੀਂ ਦੇਖ ਸਕਦੇ ਹੋ। ਅਤੇ ਇਹਦੇ ਉੱਤੇ ਨਾ ਆਪਾਂ ਗਰੀਸ ਦਾ ਪ੍ਰਯੋਗ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਲਗਾਉਣ ਨੂੰ ਪਾਉਣਾ ਇਸਦੇ ਵਿੱਚ ਓਇਲ। ਫਰੈਂਡਸ, ਤਾਂ ਇਸ ਤਾਰ ਦੇ ਵਿੱਚ ਨਾ ਆਪਾਂ ਨੇ ਓਇਲ ਪਾ ਲਿਆ ਗਾ ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਇਹਦੇ ਨਾਲ ਨਾ ਆਪਣੇ ਨਾਲ ਤਾਂ ਮੱਖੀ ਚੱਕੋਗੀ, ਨਾਲੇ ਵਾਇਰ ਚੱਕੋਗੀ। ਤਾਂ ਇਹਨੂੰ ਆਪਾਂ ਤਾਰ ਨੂੰ ਕਰਦੇ ਹਾਂ ਦੁਬਾਰਾ ਤੋਂ ਲਗਾਉਂਦੇ ਹਾਂ। ਗਰੀਸ ਲਗਾਉਣ ਤੋਂ ਬਾਅਦ ਆਪਾਂ ਨੇ ਉੱਪਰੋਂ ਕਰ ਦੇਣਾ ਇਸ ਨੂੰ ਸਾਫ਼। ਇਹਦੇ ਨਾਲ ਨਾ ਆਪਣਾ ਲੀਵਰ ਦੀ ਘਸਾਈ ਘੱਟ ਜੂਗੀ ਅਤੇ ਆਪਣਾ ਕਲੱਚ ਵਾਇਰ ਵਧੀਆ ਵਰਕ ਕਰੂਗੀ, ਕਲੱਚ ਦੀ ਮੱਖੀ ਛੇਤੀ ਟੁੱਟਣ ਤੋਂ ਬਚੂਗੀ। ਇਸ ਤਰ੍ਹਾਂ ਆਪਾਂ ਨੇ ਐਕਸੀਲੇਟਰ ਐਂਡ ਬ੍ਰੇਕ ਦੇ ਵਿੱਚ ਵੀ ਓਇਲ ਪਾਉਣਾ ਗਾ ਅਤੇ ਗਰੀਸ ਲਗਾਉਣਾ ਗਾ, ਲਗਾਉਂਦੇ ਹਾਂ ਅਤੇ ਪਾਉਂਦੇ ਹਾਂ। ਇਸ ਤਰ੍ਹਾਂ ਸਾਰੇ ਵਰਕ ਪੂਰੇ ਹੋਣ ਤੋਂ ਬਾਅਦ ਨਾ ਇਹਦੇ ਵਿੱਚ ਆਪਾਂ ਇੰਜਨ ਦੇ ਵਿੱਚ ਓਇਲ ਇੰਸਟਾਲ ਕਰਦੇ ਹਾਂ। ਇਹਦੇ ਵਿੱਚ ਕਰਦੇ ਹਾਂ ਆਪਾਂ ਲੈਫਰ ਕੰਪਨੀ ਦਾ ਓਇਲ ਇੰਸਟਾਲੇਸ਼ਨ। ਆ ਤੁਸੀਂ ਦੇਖ ਸਕਦੇ ਹੋ ਲੈਫਰ ਦੀ ਸੀਲ ਆ। ਹਾਂਜੀ ਫਰੈਂਡ, ਤਾਂ ਫਾਈਨਲੀ ਇਸਦਾ ਕੰਮ ਵਰਕ ਹੋ ਚੁੱਕਿਆ ਗਾ ਕੰਪਲੀਟ। ਐਂਡ ਇਹਦੇ ਵਿੱਚ ਨਾ ਕੁਝ ਅਹਿਮ ਚੀਜ਼ਾਂ ਨੇਗੀਆਂ ਜੋ ਕਿ ਰਾਈਡਰ ਨੂੰ ਪਤਾ ਹੋਣੀਆਂ ਚਾਹੀਦੀਆਂ ਨੇਗੀਆਂ ਕਿ ਆਪਣੀ ਬਾਈਕ ਜਿਸ ਤਰ੍ਹਾਂ ਕਿ ਆਪਾਂ ਚੂੰ ਚੂੰ ਵਗੈਰਾ ਵਗੈਰਾ ਦੀ ਇਸ ਤਰ੍ਹਾਂ ਦੀ ਸਾਊਂਡ ਕਰਦੀ ਆ, ਤਾਂ ਆਪਾਂ ਸਾਰੇ ਪਹਿਲਾਂ ਓਇਲ ਲਗਾ ਦਿੰਦੇ ਹਾਂ ਇਹਦੇ, ਕਿਉਂਕਿ ਨਾ ਕੋਈ ਸਾਊਂਡ ਵਗੈਰਾ ਨਾ ਆਵੇ, ਕਸਟਮਰ ਨੂੰ ਚਲਾਉਣ ਦੇ ਵਿੱਚ ਬਹੁਤ ਮਜ਼ਾ ਆਵੇ। ਇਹਦੇ ਉੱਤੇ ਓਇਲ ਦਾ ਪ੍ਰਯੋਗ ਕਰਦੀ ਹੈ ਕਿਉਂਕਿ ਇਹਦੇ ਨਾਲ ਨਾ ਸਮੂਥਲੀ ਵਰਕ ਕਰਦੀ ਹੈ ਵਰਕ ਚੀਜ਼। ਹਰ ਕੋਈ ਇਹਦੀ ਆਪਾਂ ਨੇ ਇਹਦੀ ਸਰਵਿਸ ਦੇ ਵਿੱਚ ਵਾਲ ਕਲੀਨਿੰਗ ਕਰੀ ਆ, ਪਲੱਗ ਕਲੀਨ ਕਰਿਆ, ਕਾਰਬੋਰੇਟਰ ਕਲੀਨ ਕਰਿਆ, ਐਂਡ ਏਅਰ ਫਿਲਟਰ ਕਲੀਨ ਕਰਿਆ, ਬਾਕੀ ਨਟ ਬੋਲਟ ਟਾਈਟ ਕਰਦੇ ਨੇ ਕਿਉਂਕਿ ਵਾਈਬ੍ਰੇਸ਼ਨ ਦੇ ਨਾਲ ਨਾ ਨਟ ਖੁੱਲ੍ਹ ਜਾਂਦੇ ਨੇਗੇ। ਜਦੋਂ ਆਪਾਂ ਰਾਈਡ ਕਰਦੇ ਹਾਂਗੇ ਚੈਨ ਢਿੱਲੀ ਟਾਈਟ ਹੁੰਦੀ ਆ ਤਾਂ ਵੀ ਆਪਣੇ ਨਟ ਖੁੱਲ੍ਹ ਜਾਂਦੇ ਨੇ। ਅਤੇ ਮੇਨ ਅਹਿਮ ਸੀਗੀ ਇਹਦੀ ਚੈਨ ਸਟਾਰਟ ਅਤੇ ਇਸਦੀ ਟੈਸਟ ਡਰਾਈਵਿੰਗ, ਅਤੇ ਇਸ ਤੋਂ ਬਾਅਦ ਇਹ ਬਾਈਕ ਬਿਲਕੁਲ ਹੋ ਚੁੱਕੀ ਆ ਰੈਡੀ। ਦੋਸਤੋ, ਤਾਂ ਆਪਾਂ ਨੇ ਬਾਈਕ ਕਰ ਲਿਆ ਸਟਾਰਟ ਅਤੇ ਇਹਦੀ ਹੈੱਡਲਾਈਟ ਵਗੈਰਾ, ਪਾਰਕਿੰਗ ਲਾਈਟ, ਇੰਡੀਕੇਟਰ ਵਗੈਰਾ, ਇਹ ਸਭ ਕੁਝ ਆਪਾਂ ਚੈੱਕ ਕਰ ਲੈਂਦੇ ਹਾਂਗੇ ਕਿਉਂਕਿ ਇਹ ਵੀ ਸਰਵਿਸ ਦੇ ਵਿੱਚ ਅਹਿਮ ਪਾਰਟ ਆ। ਅਤੇ ਇਸਨੂੰ ਨਾ ਆਪਾਂ ਕਸਟਮਰ ਨੂੰ ਡਿਲੀਵਰ ਕਰਾਂਗੇ ਪੋਲਸ ਮਾਰ ਕੇ। ਤਾਂ ਤੁਸੀਂ ਦੇਖ ਸਕਦੇ ਹੋ ਆਪਣੀ ਬਾਈਕ ਖੜੀ ਸਟਾਰਟ ਅਤੇ ਇਹਦੇ ਵਿੱਚੋਂ ਇੰਜਨ ਓਇਲ ਨਿਕਲੇਗਾ ਬਹੁਤ ਜ਼ਿਆਦਾ ਘੱਟ।